ਹੈਲੋ ਸਟੂਡੈਂਟਸ, ਵੈਲਕਮ ਟੂ ਅਵਰ ਯੂਟਿਊਬ ਚੈਨਲ। ਤਾਂ ਤੁਹਾਨੂੰ ਸਭ ਨੂੰ ਪਤਾ ਹੋਵੇਗਾ ਕਿ ਯੂਨੀਵਰਸਿਟੀ ਐਂਡ ਕੋਲਜਿਸ ਦੇ ਵੱਲੋਂ ਫਾਈਨਲ ਈਅਰ ਐਗਜ਼ਾਮਸ ਲਏ ਜਾ ਰਹੇ ਹਨ। ਕੁਝ ਯੂਨੀਵਰਸਿਟੀਜ਼ ਦੇ ਵੱਲੋਂ ਐਗਜ਼ਾਮਸ ਆਲਮੋਸਟ ਕੰਪਲੀਟ ਹੋ ਚੁੱਕੇ ਹਨ। ਇਸ ਦੇ ਨਾਲ ਹੀ ਸਟੂਡੈਂਟਸ ਦੇ ਜੋ ਡਾਊਟ ਸੀਗੇ ਉਹ ਇੰਟਰਮੀਡੀਏਟ ਸਮੈਸਟਰ ਦੇ ਜਿਹੜੇ ਰੀਪੇਅਰ ਹੈ ਉਹਨਾਂ ਦੇ ਰਿਲੇਟਡ ਸੀਗੇ। ਤਾਂ ਯੂਨੀਵਰਸਿਟੀ ਦੇ ਵੱਲੋਂ ਇਹ ਕਲੀਅਰ ਕਰ ਦਿੱਤਾ ਗਿਆ ਕਿ ਕੁਝ ਦਿਨ ਦੇ ਵਿੱਚ ਇੰਟਰਮੀਡੀਏਟ ਸਮੈਸਟਰ ਯਾਨੀ ਕਿ ਸੈਕਿੰਡ ਸਮੈਸਟਰ ਐਂਡ ਫੋਰਥ ਸਮੈਸਟਰ ਦੇ ਜੋ ਰੀਪੇਅਰ ਵਾਲੇ ਸਟੂਡੈਂਟ ਹੈ ਉਹਨਾਂ ਦੇ ਐਗਜ਼ਾਮਸ ਹੋ ਰਹੇ ਹਨ। ਤਾਂ ਪੂਰੀ ਅਪਡੇਟ ਨੂੰ ਅਸੀਂ ਇਸ ਵੀਡੀਓ ਡਿਸਕਸ ਕਰਾਂਗੇ। ਸੋ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਐਂਡ ਜੇਕਰ ਤੁਸੀਂ ਚੈਨਲ 'ਤੇ ਫਸਟ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਓ ਕਿਉਂਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਇਸ ਚੈਨਲ 'ਤੇ ਮਿਲਣ ਵਾਲੀ ਹੈ। ਇਸ ਤੋਂ ਇਲਾਵਾ ਤੁਸੀਂ ਇੰਸਟਾਗ੍ਰਾਮ ਪੇਜ ਫੋਲੋ ਕਰ ਸਕਦੇ ਹੋ ਜਿਸ ਦਾ ਯੂਜ਼ਰ ਨਾਮ ਹੈ ਇੰਡੀਅਨ ਐਜੂਕੇਸ਼ਨ ਯੂਨੀਅਨ ਐਂਡ ਇਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਵੇਗਾ ਜਿੱਥੇ ਕਿ ਨੋਟੀਫਿਕੇਸ਼ਨਸ ਨੂੰ ਅਪਲੋਡ ਕਰ ਦਿੱਤਾ ਜਾਂਦਾ ਹੈ। ਤਾਂ ਹੁਣ ਉਸ ਅਪਡੇਟ ਨੂੰ ਦੇਖ ਲੈਂਦੇ ਹਾਂ। ਸੋ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਲੋਂ ਦੱਸਿਆ ਗਿਆ ਕਿ ਦੂਜਾ ਅਤੇ ਚੌਥਾ ਸਮੈਸਟਰ ਰੀਪੇਅਰ ਦੀਆਂ ਜੋ ਪ੍ਰੀਖਿਆਵਾਂ ਹਨ ਉਹ 12 ਅਕਤੂਬਰ ਤੋਂ ਸ਼ੁਰੂ ਹੋ ਰਹੀਆਂ ਹਨ। ਇਸ ਤੋਂ ਇਲਾਵਾ ਬਾਕੀ ਯੂਨੀਵਰਸਿਟੀਜ਼ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ ਜਲਦੀ ਜੋ ਨੋਟੀਫਿਕੇਸ਼ਨ ਦਿੱਤਾ ਜਾਵੇਗਾ ਜਿਸ ਦੇ ਵਿੱਚ ਦੱਸਿਆ ਜਾਵੇਗਾ ਕਿ ਉਹ ਰੀਪੇਅਰ ਸਟੂਡੈਂਟ ਨਾਲ ਕਿੱਦਾਂ ਡੀਲ ਕਰਨਗੇ ਯਾਨੀ ਕਿ ਉਹਨਾਂ ਦੇ ਐਗਜ਼ਾਮਸ ਹੋਣਗੇ ਜਾਂ ਨਹੀਂ ਹੋਣਗੇ। ਤਾਂ ਉਮੀਦ ਹੈ ਕਿ ਬਾਕੀ ਯੂਨੀਵਰਸਿਟੀ ਦੇ ਵੱਲੋਂ ਵੀ ਐਗਜ਼ਾਮਸ ਲਏ ਜਾਣਗੇ। ਫਿਲਹਾਲ ਅਸੀਂ ਇਸ ਅਪਡੇਟ ਨੂੰ ਦੇਖਦੇ ਹਾਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਇੰਚਾਰਜ ਡਾਕਟਰ ਮਨੋਜ ਕੁਮਾਰ ਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ ਵੱਖ ਕੋਰਸਾਂ ਦੇ ਦੂਜੇ ਅਤੇ ਚੌਥੇ ਸਮੈਸਟਰ ਦੀਆਂ ਰੀਪੇਅਰ ਪ੍ਰੀਖਿਆਵਾਂ 12 ਅਕਤੂਬਰ ਤੋਂ ਆਰੰਭ ਹੋ ਰਹੀਆਂ ਹਨ। ਰੀਪੇਅਰ ਵਾਸਤੇ ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਦੀ ਜਾਣਕਾਰੀ ਹੈ ਤਾਂ ਦੱਸਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸੈਸ਼ਨ ਅਕਤੂਬਰ 2020 ਦੌਰਾਨ ਲਈਆਂ ਜਾਣ ਵਾਲੀਆਂ ਸਮੈਸਟਰ ਦੂਜਾ ਅਤੇ ਚੌਥਾ ਦੀਆਂ ਰੀਪੇਅਰ ਪ੍ਰੀਖਿਆਵਾਂ ਥਿਊਰੀ ਦੀ ਡੇਟ ਸ਼ੀਟ ਜਲਦ ਹੀ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਅਪਲੋਡ ਕਰ ਦਿੱਤੀ ਜਾਵੇਗੀ। ਜਿਨ੍ਹਾਂ ਡੇਟ ਸ਼ੀਟਾਂ ਨੂੰ ਯੂਨੀਵਰਸਿਟੀ ਦੀ ਵੈਬਸਾਈਟ ਐਗਜ਼ਾਮੀਨੇਸ਼ਨ ਡੇਟ ਸ਼ੀਟ ਸਮੈਸਟਰ UG ਸਮੈਸਟਰ PG ਸਮੈਸਟਰ UG ਡਿਪਲੋਮਾ ਸਮੈਸਟਰ PG ਡਿਪਲੋਮਾ ਐਨੂਅਲ UG ਤੋਂ ਡਾਊਨਲੋਡ ਕੀਤੀਆਂ ਜਾ ਸਕਣਗੀਆਂ। ਤਾਂ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਵਿਦਿਆਰਥੀ ਆਪਣੇ ਰੋਲ ਨੰਬਰ ਸਲਿੱਪ 'ਤੇ ਦਰਸਾਏ ਪ੍ਰੀਖਿਆ ਕੇਂਦਰ 'ਤੇ ਕਾਲਜ ਨਾਲ ਸੰਪਰਕ ਕਰ ਸਕਦੇ ਹਨ। ਤਾਂ ਜਲਦੀ ਹੀ ਜੋ ਐਡਮਿਟ ਕਾਰਡ ਵੀ ਜਾਰੀ ਕੀਤੇ ਜਾਣਗੇ ਐਂਡ ਜਲਦੀ ਹੀ ਡੇਟ ਸ਼ੀਟ ਜਾਰੀ ਕਰ ਦਿੱਤੀ ਜਾਵੇਗੀ ਕਿਉਂਕਿ ਇੱਥੇ ਦੱਸਿਆ ਗਿਆ ਹੈ ਕਿ 12 ਅਕਤੂਬਰ ਤੋਂ ਜੋ ਐਗਜ਼ਾਮ ਸਟਾਰਟ ਕਰ ਦਿੱਤੇ ਜਾਣਗੇ ਯਾਨੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਲੋਂ ਰੀਪੇਅਰ ਸਟੂਡੈਂਟ ਦੇ ਐਗਜ਼ਾਮਸ ਲਏ ਜਾ ਰਹੇ ਹਨ। ਤਾਂ ਇਹ ਔਨਲਾਈਨ ਜਾਂ ਆਫਲਾਈਨ ਕਿੱਦਾਂ ਲਏ ਜਾਣਗੇ ਇਸ ਦੇ ਬਾਰੇ ਵੀ ਤੁਹਾਨੂੰ ਦੱਸ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੋਈ ਵੀ ਹੋਰ ਅਪਡੇਟ ਆਵੇਗੀ ਤਾਂ ਤੁਹਾਨੂੰ ਇਸ ਚੈਨਲ 'ਤੇ ਮਿਲਣ ਵਾਲੀ ਹੈ। ਸੋ ਮਿਲਦੇ ਹਾਂ ਨੈਕਸਟ ਵੀਡੀਓ 'ਚ। ਥੈਂਕ ਯੂ।